ਅਰਦਾਸ ਕਰਾਂ ਫਿਲਮ ਜਿਹੜੀ ਕਿ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਅਤੇ ਹਾਲ ਹੀ ਵਿੱਚ ਟੀਮ ਵੱਲੋਂ ਆਫੀਸ਼ੀਅਲੀ ਫਿਲਮ ਦਾ ਮਿਊਜ਼ਿਕ ਲਾਂਚ ਕਰ ਦਿੱਤਾ ਗਿਆ। ਇਹ ਮਿਊਜ਼ਿਕ ਦੀ ਲਾਂਚਿੰਗ 'ਤੇ ਬੰਬੇ ਤੋਂ ਸਪੈਸ਼ਲੀ ਬਾਲੀਵੁੱਡ ਸਿੰਗਰ ਸੁਨਿਧੀ ਚੌਹਾਨ ਵੀ ਪਹੁੰਚੀ। ਇਸ ਦੌਰਾਨ ਗਿੱਪੀ ਗਰੇਵਾਲ, ਬਿਨੂ ਢਿੱਲੋਂ, ਦੇਵ ਖਰੌੜ ਅਤੇ ਫਿਲਮ ਦੀ ਟੀਮ ਦੇ ਬਾਕੀ ਮੈਂਬਰਸ ਵੀ ਇੱਥੇ ਨਜ਼ਰ ਆਏ। ਇੱਥੇ ਸਾਰਿਆਂ ਨੇ ਆਪਣੀ ਆਪਣੀ ਲਾਈਫ 'ਤੇ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਅਤੇ ਗੁਰਪ੍ਰੀਤ ਘੁੱਗੀ ਐਂਡ ਗਿੱਪੀ ਗਰੇਵਾਲ ਨੇ ਆਪਣੀ ਫਿਲਮ ਦੀ ਸ਼ੂਟਿੰਗ ਦੇ ਐਕਸਪੀਰੀਅੰਸ ਬਾਰੇ ਵੀ ਸਭ ਨੂੰ ਬਹੁਤ ਕੁਝ ਦੱਸਿਆ। ਆਓ ਮਿਲਵਾਉਂਦੇ ਹਾਂ ਤੁਹਾਨੂੰ ਵੀ ਅਰਦਾਸ ਕਰਾਂ ਫਿਲਮ ਦੀ ਟੀਮ ਨਾਲ। ਸਾਗਾ ਮਿਊਜ਼ਿਕ ਬੜੇ ਲੰਬੇ ਸਮੇਂ ਤੋਂ ਬਹੁਤ ਸੋਹਣੀਆਂ ਸੁਚੱਜੀਆਂ ਫਿਲਮਾਂ, ਬਹੁਤ ਵਧੀਆ ਮਿਊਜ਼ਿਕ ਸਾਡੇ ਪੰਜਾਬੀ ਸਰੋਤਿਆਂ ਦੀ ਝੋਲੀ, ਪੰਜਾਬੀ ਦਰਸ਼ਕਾਂ ਦੀ ਝੋਲੀ ਪਾ ਰਹੇ ਨੇ। ਮਿਊਜ਼ਿਕ ਲਾਂਚ ਹੋ ਰਿਹਾ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਪਿਛਲੇ ਸਾਰਾ ਨਾਮ ਜਾਣਦਾ ਸਾਗਾ ਮਿਊਜ਼ਿਕ। ਥੈਂਕ ਯੂ। ਇਹ ਸ਼ਾਹ ਜੀ ਥੋੜ੍ਹਾ ਇਮੋਸ਼ਨਲ ਬੰਦਾ ਜੀ, ਸੋ ਅਕਸਰ ਤੌਰ ਦੇ ਉੱਤੇ ਅਸੀਂ ਕਈ ਵਾਰੀ ਮਿਊਜ਼ਿਕ ਬਣਾਉਂਦੇ ਲੜ ਵੀ ਪੈਂਦੇ ਹਾਂ, ਅਸੀਂ ਰੋ ਵੀ ਪੈਂਦੇ ਹਾਂ। ਸੋ ਬੜੇ ਦੁੱਖ ਸੁੱਖ ਸਾਂਝੇ ਕੀਤੇ ਨੇ ਔਰ ਲਾਈਫ ਦਾ ਬੜਾ ਇੰਪੋਰਟੈਂਟ ਪਾਰਟ ਆ ਜਿਹੜੀ ਲਾਈਫ ਦੀ ਜਰਨੀ ਆ ਅਸੀਂ ਇਕੱਠਿਆਂ ਨੇ। ਮੈਂ ਬਹੁਤ ਸਟਰਗਲ ਦੇਖੀ ਹੈ ਇਸ ਬੰਦੇ ਦੀ, ਸੋ ਬਹੁਤ ਜ਼ਿਆਦਾ ਸਟਰਗਲ ਦੇਖੀ ਹੈ। ਔਰ ਮੈਂ ਆਪਣੀ ਲਾਈਫ ਦੇ ਵਿੱਚ, ਕਿਉਂਕਿ ਮੈਂ ਬਹੁਤ ਜ਼ਿਆਦਾ ਮਿਊਜ਼ਿਕ ਦੀ ਸਮਝ ਮੈਨੂੰ ਨਹੀਂ ਹੈਗੀ ਜਿੰਨੀ ਕੁ ਮੈਨੂੰ ਸਮਝ ਆ, ਮੈਂ ਆਪਣੀ ਲਾਈਫ ਦੇ ਵਿੱਚ ਮਿਊਜ਼ਿਕ ਦੇ ਰਿਲੇਟਡ ਇਸ ਤੋਂ ਜ਼ਿਆਦਾ ਟੈਲੈਂਟਡ ਬੰਦਾ ਮੈਂ ਨਹੀਂ ਦੇਖਿਆ ਹੈਗਾ। ਸੋ ਆਮ ਲੱਗੀ, ਮੈਨੂੰ ਲੱਗਦਾ ਕਿ ਮੇਰੀ ਖੁਸ਼ਨਸੀਬੀ ਆ ਮੇਰਾ ਦੋਸਤ ਮੇਰਾ ਇੰਨਾ ਅੱਛਾ ਮਿਊਜ਼ਿਕ ਡਾਇਰੈਕਟਰ ਹੈ, ਮੇਰੀਆਂ ਫਿਲਮਾਂ ਜਿਨ੍ਹਾਂ ਨੂੰ ਖਾਸ ਕਰਕੇ ਅਰਦਾਸ ਅਰਦਾਸ ਕਰਾਂ ਤਾਂ ਬਿਨਾਂ ਸ਼ਾਹ ਜੀ ਤੋਂ ਬਣ ਹੀ ਨਹੀਂ ਸਕਦੀ। ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਮੇਰੇ ਭਰਾ ਦਾ ਸਾਰਿਆਂ ਨੂੰ। ਅਤੇ ਮੈਂ ਕੋਈ ਸਿਰਫ ਜ਼ਿਆਦਾ ਅਭਿਆਸ ਨਹੀਂ ਬੋਲਣ ਦਾ, ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ। ਜਦੋਂ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਅਤੇ ਇਹਨਾਂ ਨੇ ਅਸੀਂ ਕਦੀ ਇਕੱਠਾ ਜੂਨੀਅਰ ਸੀਗੇ ਜਦੋਂ ਇਹਨਾਂ ਨੇ ਕਦੀ ਅਸੀਂ ਇਕੱਠੇ ਪੜ੍ਹਨਾ, ਇਹਨਾਂ ਨੇ ਮੈਨੂੰ ਕਹਿਣਾ ਮੈਂ ਨਾ ਬਹੁਤ ਵੱਡਾ ਸਿੰਗਰ ਬਣਨਾ, ਮੈਂ ਸਿੱਖਦਾ ਹੁੰਦਾ ਸੀ ਅਤੇ ਮੈਂ ਇਹਨਾਂ ਦੇ ਘਰ ਜਾਣਾ ਜਦੋਂ, ਅਤੇ ਇਹਨਾਂ ਨੇ ਕਦੀ ਡਰਮ ਦੀ ਪ੍ਰੈਕਟਿਸ, ਡਰਮ ਲੈ ਲੈਣਾ, ਕਦੀ ਗਿਟਾਰ, ਅਤੇ ਥੋੜ੍ਹੇ ਕਰਦੇ ਕਰਦੇ ਇਹਨਾਂ ਦੀ ਐਲਬਮ ਆ ਗਈ ਅਤੇ ਇਹਨਾਂ ਦੀ ਐਲਬਮ ਚਰਚੇ 'ਚ ਬਹੁਤ ਬਹੁਤ ਵੱਡੀ ਹਿੱਟ ਹੋ ਗਈ। ਅਤੇ ਮੈਨੂੰ ਮੇਰੇ ਘਰਦਿਆਂ ਨੇ ਕਹਿਣਾ ਵੀ ਤੇਰਾ ਬਹੁਤ ਅੱਛਾ ਦੋਸਤ ਆ, ਵੀ ਤੂੰ ਕਹਿ ਵੀ ਕੰਮ ਕਰਿਆ ਨਾ, ਅਤੇ ਮੈਂ ਥੋੜ੍ਹਾ ਝਿਜਕ ਰਹਿੰਦਾ ਸੀ। ਅਤੇ ਕਰਦੇ ਕਰਦੇ ਮੈਂ ਕਦੇ ਕੋਈ ਗਾਣਾ ਕੀਤਾ ਅਤੇ ਮੈਨੂੰ ਸਾਰਿਆਂ ਨੇ ਕਹਿਣਾ ਵੀ ਜਦੋਂ, ਜਿਹੜੇ ਨਹੀਂ ਜਾਣਦੇ ਸੀ ਵੀ ਅਸੀਂ ਦੋਸਤ ਆ, ਉਹਨਾਂ ਨੇ ਕਹਿਣਾ ਵੀ ਜਦੋਂ ਤੁਸੀਂ ਗਿੱਪੀ ਗਰੇਵਾਲ ਉਹਨਾਂ ਦਾ ਗਾਣਾ ਕਰੋਗੇ ਨਾ ਤੁਸੀਂ ਤਾਂ ਸਟਾਰ ਬਣੋਗੇ। ਅਤੇ ਮੈਂ ਸੱਚ ਕਹਿ ਰਿਹਾ, ਮੈਂ ਉਸ ਤੋਂ ਪਹਿਲਾਂ ਇੱਕ ਐਲਬਮ ਕੀਤੀ ਸੀ, ਉਹ ਕਾਫੀ ਚਰਚੇ 'ਚ ਬਹੁਤ ਵੱਡੀ ਹਿੱਟ ਸੀ, ਪਰ ਮੈਨੂੰ ਕੋਈ ਨਹੀਂ ਜਾਣਦਾ ਸੀ ਸੱਚੀ। ਮੈਂ ਇਹਨਾਂ ਨੂੰ ਇੱਕ ਦਿਨ ਅਸੀਂ ਮਿਲੇ, ਮੈਂ ਇਹਨਾਂ ਨੂੰ ਗਾਣਾ ਸੁਣਾਇਆ, ਚੰਨਾ ਹੀ ਗਿਆ ਚੰਨਾ, ਚੰਨਾ ਵੀ ਕਿਹੜੇ ਬੱਦਲਾਂ 'ਚ ਹੋ ਗਿਆ, ਸੁਪਨਾ ਹੀ ਹੋ ਗਿਆ। ਇਹ ਕਹਿੰਦੇ ਗਾਣਾ ਮੈਂ ਕਰਨਾ, ਮੈਂ ਕਿਹਾ ਅੱਛਾ ਜੀ। ਮੈਂ ਗਾਣਾ ਬਣਾਇਆ, ਅਸੀਂ 3-4 ਮਹੀਨੇ ਗਾਣੇ 'ਤੇ ਮੈਂ ਕੰਮ ਕਰਦਾ ਰਿਹਾ, ਇਹਨਾਂ ਨੇ ਗਾ ਕੇ ਉਹ ਗਾਣਾ ਟਿਪ 'ਚ ਮੇਰਾ ਰਿਲੀਜ਼ ਕੀਤਾ। ਮੈਨੂੰ ਅੱਜ ਵੀ ਯਾਦ ਹੈ, ਅੱਜ ਤੋਂ ਠੀਕ 10 ਸਾਲ ਪਹਿਲਾਂ ਦੀ ਗੱਲ ਹੈ, ਰਿਲੀਜ਼ ਉਹ ਸਾਲ ਬਾਅਦ 6 ਮਹੀਨੇ ਬਾਅਦ ਹੋਏ ਸੀ, ਪੋਸਟਰ 'ਤੇ ਮੇਰਾ ਨਾਮ, ਪੋਸਟਰ ਪੜ੍ਹ ਚੁੱਕੇ ਸੀ, ਮੇਰਾ ਨਾਮ ਹੋਇਆ ਅਤੇ ਮੈਂ ਨਾਮ ਆਪਣਾ ਪੜ੍ਹਿਆ, ਮੇਰਾ ਪਹਿਲਾ ਗਾਣਾ, ਮੈਨੂੰ ਡੈਬਿਊ ਕਰਾਉਣ ਵਾਲੇ ਵੀ ਅਤੇ ਸਮੰਚ 'ਤੇ ਲੈ ਕੇ ਆਉਣ ਵਾਲੇ ਵੀ ਇਹ ਮੇਰੇ। ਮੈਂ ਬੜਾ ਕੁਛ ਬੋਲਣਾ ਚਾਹੁੰਦਾ ਸੀ ਅੱਜ, ਪਰ ਨੇਚਰ ਦੇ ਹੱਥੋਂ ਮਜ਼ਬੂਰ ਆ। ਬਹੁਤ ਸਾਰੀਆਂ ਗੱਲਾਂ ਤੁਸੀਂ ਬੋਲਦੇ ਆ, ਪਰ ਪਿਕਚਰ ਮੈਂ ਦੇਖੀ ਹੈ ਪੂਰੀ ਪਿਕਚਰ, ਬੈਕਗਰਾਊਂਡ ਕੀਤਾ ਨਾ ਤਾਂ ਮੈਂ ਦੇਖੀ ਆ। ਮੈਂ ਇੱਕ ਬਹੁਤ ਅੱਛੇ ਔਰ ਬਹੁਤ ਗੁਣੀ ਡਾਇਰੈਕਟਰ ਨਾਲ ਕੰਮ ਕੀਤਾ। ਮੈਂ ਇਹਨਾਂ ਨੂੰ ਪੁੱਛਿਆ ਇੱਕ ਦਿਨ, ਮੈਂ ਕਿਹਾ ਤੁਸੀਂ ਕਿਤੋਂ ਕੋਈ ਕੋਰਸ ਕੀਤਾ ਜਾਂ ਤੁਸੀਂ ਕਿਤੋਂ ਸਿੱਖ ਕੇ ਆਏ ਡਾਇਰੈਕਸ਼ਨ, ਕਿ ਇੰਨਾ ਲਿੰਕ ਕਹਾਣੀ ਦਾ, ਸਕਰੀਨ ਪਲੇ ਦਾ, ਉਹ ਗੱਲ ਇੰਨੀ ਚੇਤੇ ਰੱਖਣੀ, ਕੈਂਡੀ 'ਚ ਉਹ ਰਿਵੀਲ ਕਰਨੀ, ਔਰ ਬੈਕਗਰਾਊਂਡ ਇਕੱਲੀ ਇਕੱਲੀ ਚੀਜ਼ 'ਤੇ ਮੈਨੂੰ ਇੰਨਾ ਫਰੀਡਮ ਔਰ ਮੈਨੂੰ ਇੰਨਾ ਨਾਲ ਗਾਈਡੈਂਸ ਫਿਲਮ 'ਤੇ ਬੈਠ ਕੇ ਇੱਕ ਇੱਕ ਸੀਨ ਦੇ ਉੱਪਰ ਕਿ ਇਹਦੇ ਉੱਪਰ ਆਪਾਂ ਇੱਦਾਂ ਦਾ ਕੁਝ ਕਰ ਸਕਦੇ ਹਾਂ। ਅਕਸਰ ਮੈਂ ਬਹੁਤ ਲੱਕੀ ਹਾਂ, ਮੈਂ ਸਾਰਿਆਂ ਨਾਲ ਅੱਛਾ ਕੰਮ ਕੀਤਾ, ਬਟ ਮੈਂ ਅਜੇ ਤੱਕ ਦਾ ਲਾਈਫ ਦਾ ਬੈਸਟ ਕੰਮ ਇਸ ਕਰਕੇ ਨਹੀਂ ਕਿ ਮੈਂ ਇਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਅਤੇ ਮੈਂ ਸ਼ਾਇਦ ਪਹਿਲੀ ਵਾਰ ਇਹਨੇ ਅਲਫਾਜ਼ ਬੋਲ ਪਾਇਆ, ਮੈਂ ਵਨ ਆਫ ਦੀ ਬੈਸਟ ਡਾਇਰੈਕਟਰ ਨਾਲ ਕੰਮ ਕੀਤਾ। ਆਈ ਐਮ ਵੈਰੀ ਲੱਕੀ, ਇੰਨਾ ਮਤਲਬ ਕਿ ਇੱਕ ਸਾਰਿਆਂ ਨੇ ਬਹੁਤ, ਜਦੋਂ ਤੁਸੀਂ ਪਿਕਚਰ ਦੇਖੋਗੇ
ਸਾਰਿਆਂ ਤੋਂ ਕੰਮ ਬਹੁਤ ਅੱਛਾ ਰਿਹਾ। ਜਦੋਂ ਸਾਰੇ ਆਪਣਾ ਆਪਣਾ ਕੰਮ ਦੇਖਣਗੇ ਸਾਰਿਆਂ ਨੂੰ ਲੱਗੇਗਾ ਕਿ ਬੈਸਟ ਕੰਮ ਹੋਇਆ, ਕਿਉਂਕਿ ਮੈਂ ਪੂਰੀ ਪਿਕਚਰ ਦੇਖੀ, ਬੈਕਗਰਾਊਂਡ ਕੀਤਾ। ਮੈਂ ਤੁਹਾਡਾ ਥੈਂਕਸ ਜੀ ਸੁਨੀਤੀ ਜੀ, ਥੈਂਕ ਯੂ ਵੈਰੀ ਮੱਚ। ਆਪ ਯਹਾਂ ਪੇ ਆਏ, ਪਲੀਜ਼ ਸੁਨੀਤੀ ਜੀ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਪਲੀਜ਼ ਤੁਸੀਂ। ਅਤੇ ਮੈਂ ਹੈਪੀ ਰਾਏ ਗੋਟੀ ਜੀ ਦਾ ਬਹੁਤ ਧੰਨਵਾਦੀ। ਰਾਣਾ ਰਣਵੀਰ ਭਾਅ ਜੀ ਨੇ ਬਹੁਤ ਖੂਬਸੂਰਤ ਲਿਖਿਆ, ਰਿੱਕੀ ਖਾਨ ਸਾਰਿਆਂ ਨੇ ਬਹੁਤ ਅੱਛੇ ਗੀਤ ਲਿਖ ਕੇ ਦਿੱਤੇ, ਔਰ ਅਸੀਂ ਮਿਲ ਕੇ ਮਿਊਜ਼ਿਕ ਬਣਾਇਆ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਮੈਂ ਪਹਿਲਾਂ ਤਾਂ ਦੇਖੋ ਤੁਸੀਂ ਸੁਨਿਧੀ ਜੀ ਅੱਛਾ ਗਾਉਂਦੇ ਆ, ਇਹ ਚੀਜ਼ ਦਾ ਸਭ ਨੂੰ ਪਤਾ ਵਾ। ਪਰ ਤੁਸੀਂ ਇਹ ਦੇਖੋ, ਜਦੋਂ ਮੈਨੂੰ ਯਾਦ ਆ ਸ਼ਾਹ ਜੀ ਨੇ ਮੇਰਾ ਪਹਿਲਾ ਗਾਣਾ ਰਿਕਾਰਡ ਕਰਨਾ ਸੀ ਇਹਨਾਂ ਦੇ ਨਾਲ, ਤਾਂ ਮੈਨੂੰ ਇਹਨਾਂ ਨੇ ਕਿਹਾ ਵੀ ਆਪਾਂ ਸੁਨਿਧੀ ਜੀ ਨਾਲ ਗਾਣਾ ਰਿਕਾਰਡ ਕਰੀਏ। ਮੈਂ ਕਿਹਾ ਨਹੀਂ ਨਹੀਂ, ਕਹਿੰਦੇ ਕਿਉਂ? ਮੈਂ ਕਿਹਾ ਯਾਰ ਗਾਣਾ ਪੰਜਾਬੀ ਹੈ, ਇੰਨਾ ਫੋਕ ਗਾਣਾ, ਇੰਨਾ ਦੇਸੀ ਗਾਣਾ, ਅਤੇ ਕਹਿੰਦਾ ਤੂੰ ਦੇਖੀ ਤਾਂ ਸਹੀ। ਇਹਨਾਂ ਨੇ ਕੌਨਫੀਡੈਂਸ ਕਿਹਾ। ਔਰ ਜਦੋਂ ਗਾਣਾ ਆਇਆ, ਮੈਂ ਜੇ ਸ਼ਾਇਦ ਕਿਸੇ ਨੂੰ ਨਹੀਂ ਪਤਾ, ਜਿਵੇਂ ਗਾਣਾ ਸੀਗਾ ਮੇਰਾ ਸੋਹਣਿਆ ਵੀਮ ਦੇ ਵਰਗੀ ਨੂੰ ਰੱਖੀ ਜਾਂਦੀ ਦੀ ਡੱਬੀ ਦੇ ਵਿੱਚ ਪਾ ਕੇ, ਉਹ ਵੀ ਇਹਨਾਂ ਦੇ ਹੀ ਗਾਏ ਹੋਏ ਨੇ। ਸੋ ਇੰਨੀ ਅੱਛੀ ਠੇਠ ਪੰਜਾਬੀ, ਜਿਹੜੀ ਐਨ ਆਪਣੀਆਂ ਦੇਸੀ ਫਿਲਮਾਂ 'ਚ, ਕਿਉਂਕਿ ਆਪਣੀ ਪੰਜਾਬੀ ਤਾਂ ਬਾਲੀਵੁੱਡ ਐਂਡਰ ਦੀ ਪੰਜਾਬੀ ਆ, ਸੋ ਉਸ ਲੈਵਲ ਨੂੰ ਮੈਚ ਕਰਨਾ ਬੜਾ ਔਖਾ ਹੋ ਜਾਂਦਾ। ਸੋ ਅੱਜ ਤੁਸੀਂ ਦੇਖਿਆ ਦੋ ਗਾਣੇ ਇਸ ਫਿਲਮ ਦੇ ਵੀ, ਔਰ ਜਿਹੜੀ ਪਹਿਲੀ ਫਿਲਮ ਸੀ ਅਰਦਾਸ, ਉਹਦੇ 'ਚ ਗਾਣਾ ਸੀ ਸਾਡਾ ਮੇਰੇ ਸਾਹਿਬ ਦੇ ਰੰਗ ਨਿਆਰੇ, ਸੋ ਉਹ ਗਾਣਾ ਵੀ ਇਹਨਾਂ ਨੇ ਗਾਇਆ ਸੀਗਾ। ਸੋ ਥੈਂਕ ਯੂ ਸੋ ਮੱਚ ਜੀ, ਪਹਿਲਾਂ ਤਾਂ ਤੁਸੀਂ ਆਏ, ਸਾਨੂੰ ਬਹੁਤ ਚੰਗਾ ਲੱਗਿਆ, ਔਰ ਜੀ ਆਇਆਂ ਸਾਡੇ ਪੰਜਾਬ ਵਾਲੀ ਹੋ, ਸਾਡੇ ਪੰਜਾਬੀ ਵਾਲੀ ਹੋ, ਥੈਂਕ ਯੂ ਸੋ ਮੱਚ। ਤੁਸੀਂ ਇੰਨੇ ਚੰਗੇ ਚੰਗੇ ਗਾਣੇ ਸਾਡੀ ਇੰਡਸਟਰੀ ਨੂੰ ਦਿੱਤੇ, ਸੋ ਮੱਚ। ਮੈਂ ਯਹਾਂ ਇਤਨੇ ਬੜੇ ਬੜੇ ਲੋਕ, ਇਤਨੇ ਲੋਕੀ ਜਨ ਬੈਠੇ ਹੈ, ਮੈਂ ਕਿਆ ਬਾਤ ਕਰੂੰਗੀ। ਬਸ ਮੈਂ ਬਹੁਤ ਬਹੁਤ ਦਿਲ ਸੇ, ਤਹਿ ਦਿਲ ਸੇ ਸ਼ੁਕਰੀਆ ਅਦਾ ਕਰ ਸਕਤੀ ਹੂੰ ਸਭਸੇ ਪਹਿਲੇ ਜਤਿੰਦਰ ਸ਼ਾਹ ਜੀ ਕਾ, ਥੈਂਕ ਯੂ। ਇੱਕ ਹੱਕ ਮੈਂ ਕਰ ਦਿੱਤੀ, ਔਰ ਆਫਕੋਰਸ ਰਿੱਪੀ, ਥੈਂਕ ਯੂ ਸੋ ਮੱਚ, ਥੈਂਕ ਯੂ ਦਾ ਹੋਲ ਇੰਡਸਟਰੀ ਔਫ ਪੰਜਾਬ ਮੀਡੀਆ। ਮੈਂ ਸ਼ਾਇਦ ਪੰਜਾਬੀ, ਮਤਲਬ ਪੰਜਾਬੀ ਨਹੀਂ ਹੂੰ, ਲੇਕਿਨ ਮੇਰੀ ਸਾਂਸੇ, ਮੇਰੀ ਰਗੇ ਆਈ ਥਿੰਕ ਪੰਜਾਬ ਸੇ ਬਹੁਤ ਜੁੜੀ ਹੋਈ ਹੈ। ਮੈਂ ਬਚਪਨ ਸੇ ਗਾਤੀ ਆ ਰਹੀ ਹੂੰ ਪੰਜਾਬੀ ਮਿਊਜ਼ਿਕ, ਔਰ ਇੱਕ ਬਾਤ ਮੈਂ ਸ਼ਾਇਦ ਪੂਰੀ ਬਾਤ ਕਹਿ ਪਾਊਂਗੀ ਕਿ ਗਾਣੇ ਹਮ ਗਾਤੇ ਰਹਿੰਦੇ ਹੈ, ਲੇਕਿਨ ਜੋ ਹਮ ਰੂਹ ਕੀ ਬਾਤ ਕਰਤੇ ਹੈ ਨਾ, ਵੋ ਮੁਝੇ ਯਹਾਂ ਮਿਲਤੀ ਹੈ, ਔਰ ਪੰਜਾਬੀ ਗਾਣੋਂ ਮੇਂ ਮਿਲਤੀ ਹੈ। ਸੋ ਮੈਂ ਵੇਟ ਕਰਦੀ ਹੂੰ, ਐਕਚੁਅਲੀ ਇਨਕੋ ਪਤਾ ਵੀ ਨਹੀਂ ਹੈ, ਲੇਕਿਨ ਮੈਂ ਵੇਟ ਕਰਦੀ ਹੂੰ ਕਿ ਕਬ ਕੁਛ ਨਯਾ ਆਏਗਾ ਔਰ ਮੈਂ ਗਾਣੇ ਜਾਊਂਗੀ। ਬਸ ਭਾਗ ਜਾਤੀ ਹੂੰ ਸਟੂਡੀਓ, ਔਰ ਵਹੀ ਪਤਾ ਪੜਤਾ ਹੈ ਕਿ ਕਿਆ ਗਾਣਾ ਹੈ, ਔਰ ਫਿਰ ਸੁਣ ਕੇ 99% ਆਫ ਦਾ ਟਾਈਮ ਯਹੀ ਹੋਤਾ ਹੈ ਕਿ ਸੁਣ ਕੇ ਅਰੇ ਵਾਹ ਯੇ ਕਿਆ ਹੈ, ਕੈਸੇ ਬਣਾਇਆ ਆਪਣੇ, ਔਰ ਹਮ ਚਰਚਾ ਕਰਤੇ ਹੈ, ਬਾਤੇਂ ਜ਼ਿਆਦਾ ਕਰਤੇ ਹੈ, ਕਾਮ ਕਮ ਕਰਤੇ ਹੈ। ਜਤਿੰਦਰ ਸ਼ਾਹ ਜੀ, ਥੈਂਕ ਯੂ ਸੋ ਮੱਚ। ਗਿੱਪੀ ਆਪਨੇ ਜੋ ਕਿਹਾ, ਮੈਂ ਉਸਕੋ ਟਾਈਮਸ ਟੂ ਬੋਲਣਾ ਚਾਹੂੰਗੀ, ਕਿਉਂਕਿ ਮੈਨੇ ਵੀ ਬਹੁਤ ਸਾਰੇ ਟੈਲੈਂਟਡ ਮਿਊਜ਼ਿਕ ਡਾਇਰੈਕਟਰਸ ਕੇ ਸਾਥ ਕਾਮ ਕੀਆ ਹੈ, ਔਰ ਇਸ ਲਈ ਨਹੀਂ ਕਿਉਂਕਿ ਆਜ ਮੈਂ ਆਜ ਯਹਾਂ ਹੂੰ ਆਪਕੇ ਸਾਹਮਣੇ, ਔਰ ਇਸ ਲਈ ਬੋਲ ਰਹੀ ਹੂੰ। ਐਸੇ ਲੋਕ ਕਮ ਬਣਤੇ ਹੈ, ਐਸੇ ਲੋਕ ਬਹੁਤ ਕਮ ਬਣਤੇ ਹੈ, ਔਰ ਬਸ ਬਹੁਤ ਸਕੂਨ ਹੈ। ਆਈ ਐਮ ਵੈਰੀ ਹੈਪੀ ਟੂ ਬੀ ਹੇਅਰ, ਆਪ ਲੋਕੋ ਨੇ ਇਤਨੀ ਇੱਜ਼ਤ, ਇਤਨਾ ਪਿਆਰ ਦਿਆ, ਥੈਂਕ ਯੂ ਸੋ ਮੱਚ, ਥੈਂਕ ਯੂ, ਥੈਂਕ ਯੂ। ਔਰ ਮੇਰੇ ਸਾਰਾ ਪ੍ਰੋਨੰਸੀਏਸ਼ਨ ਪੰਜਾਬੀ ਜਾਂ ਫਿਰ ਜੋ ਠੇਠ ਪੰਜਾਬੀ ਕੀ ਆਪਣੇ ਬਾਤ ਕੀ, ਉਹ ਪੂਰਾ ਕ੍ਰੈਡਿਟ ਜਤਿੰਦਰ ਸ਼ਾਹ ਜੀ ਕੋ ਹੀ ਜਾਤਾ ਹੈ, ਪਲੀਜ਼ ਆਪ ਮੁਝੇ ਬਿਲਕੁਲ ਕ੍ਰੈਡਿਟ ਨਾ ਦੇ। ਔਰ ਸਤਿਗੁਰ ਪਿਆਰੇ ਮੈਂ ਦੇਵਿੰਦਰ, ਆਪ ਇਨਕੋ ਆਪ ਨਾ ਭੁਲੀਏ, ਕਿਉਂਕਿ ਇਨਕੇ ਜੋ ਆਲਾਪ ਹੈ ਪਿੱਛੇ ਗਾਣੇ ਮੈਂ ਬਹੁਤ ਬਹੁਤ ਖੂਬਸੂਰਤ ਗਾਇਆ ਹੈ। ਦੇਵਿੰਦਰ ਮੈਂ ਇਨਕੋ ਜਾਣਤੀ ਹੂੰ ਇੰਡੀਅਨ ਆਈਡਲ 6 ਸੇ, ਜਿਸਕੋ ਮੈਂ ਜਜ ਕਰ ਰਹੀ ਥੀ, ਔਰ ਉਸਮੇ ਯੇ ਥੇ, ਤਬ ਵੀ ਕਮਾਲ ਗਾਤੇ ਥੇ, ਰਬਾ ਓਨਲੀ ਯੋਰ ਓਨਲੀ ਫਲਰਿਸ਼ਿੰਗ ਹੈ। ਮੈਂ ਜਬ ਯੇ ਪੋਰਸ਼ਨ ਗਾਤੀ ਥੀ, ਤੋ ਮੈਂ ਆਪਕੋ ਬੋਲਾ ਵੀ ਥਾ ਰਿਕਾਰਡਿੰਗ ਮੇਂ, ਸਤਿਗੁਰ ਪਿਆਰੇ ਜੀ ਜਬ ਮੈਂ ਗਾਤੀ ਹੂੰ, ਸਪੈਸ਼ਲੀ ਜਬ ਜੀ ਆਤਾ ਹੈ, ਤੋ ਮੁਝੇ ਪਤਾ ਨਹੀਂ ਕਿਉਂ ਹਰ ਵਾਰ ਮਾਈਕ ਪਰ ਗਾਤੇ ਹੋਏ ਐਸਾ ਲੱਗਤਾ ਥਾ ਜੈਸੇ ਕਿਸੀ ਨੇ ਹਾਥ ਰੱਖ ਦਿਆ ਹੋ, ਔਰ ਯੇ ਬਿਲਕੁਲ ਸੱਚੀ ਫੀਲਿੰਗ ਮੈਂ ਆਪਕੋ ਬਤਾ ਰਹੀ ਹੂੰ, ਕਿ ਮੈਨੇ ਸਿਰਫ ਜਤਿੰਦਰ ਜੀ ਸੇ ਹੀ ਸ਼ੇਅਰ ਕੀਆ ਥਾ। ਥੈਂਕ ਯੂ ਵਨਸ ਅਗੇਨ, ਥੈਂਕ ਯੂ ਸੋ ਮੱਚ। ਸਤਿਗੁਰੂ ਪਿਆਰੇ, ਸਤਿਗੁਰੂ ਪਿਆਰੇ, ਸਤਿਗੁਰੂ ਪਿਆਰੇ।
यू सो मच थोड़ा बहुत बहुत और जो मैं याद आ कि ये पार्ट जरा दविंदर वाला गाँवना सी तो असं बड़ी जगह तो ट्राई किया जिदा कुकी भाजी ने दसिया कि छोटे छोटे पीसा लिए बड़ा खबे सजे भजे हैं बेसिकली अज इकट्ठे होने का परपज भी यह क्योंकि देखो फिल्मा लाइफ बन दिया रहा ने पर जो कुछ शायद असं इस फिल्म के लिए छोटिया छोटिया चीज़ा करने की कोशिश की अगे कई फिल्मों के चीज़ रह गई सो एक दुरुस्त फिल्म देने की तुहानू अटैम्प्ट कर रहे हैं जी और उम्मीद है तुहानू वधिया लगेगी एक बार फिर दसिए 19 जुलाई में फिल्म रिलीज़ है जी बाकी तो तुम देख के दसना भी किदा दी है जी और थैंक यू सो मच अगे कार्रवाई पुलर साहब थैंक यू प्यार भरी सत श्रीकाल जी सुनील जी वेलकम यू हेयर थोड़े आने वाला तो पहले से सोहना कितना हो गया खूबसूरत लोग खूबसूरत लोग खूबसूरत भी ने खूबसूरत भी ने बंदे की कला के जी ओरिजिनैलिटी है वो जी हस्ती है वो कला के जो नज़र नहीं आती फिर वो झूठा कलाकार है फिर वो कलाकार ही सुनिधि जी जो गाँवते ने इन्हों गाँव के इन्होंने लफ्जा के फ्लो के इन्हों की वो परसनैलिटी भी नज़र आती है और तुम हमेशा पंजाबी इंडस्ट्री लिए बड़े काइंड रहे हो थैंक यू सो वेरी मच सानू तुहाडे वर्गे लोगों की लोड़ है और मैं सारे कलाकार मेरा पूरा इस वे परिवार बैठा मेरा पूरी इंडस्ट्री इत्थे बैठी है मैं सिर्फ एको नाम लवांगा कि जो भाजी योगराज हुणी साडे कोल हैगे ने तो एक बाप वर्गा तुहानू आसरा मिलता है पूरी इंडस्ट्री नू सो इन्हां दा नाम लैके मैं सारे नाम उच्चे कवर हो गए मैं इस गल की खुशी है कि मैं भाजी नाल लगे बहुत बारी काम किया पर इहो जी फिल्म अरदास वर्गी फिल्म दे विच जदों साडे नाल ए देखो दो पीढ़ियां जुड़ गई योग भाजी का युग कदों शुरू होया सी ते अज असीं इस युग के आर्टिस्ट इन्हां नाल जुड़े हैं अज भी सानू ब्लैसिंग्स दे रहे हैं बहुत वड्डी गल है साडे वास्ते अरदास एक बहुत वड्डी सक्सैसफुल फिल्म सी गिप्पी छोटा वीर है मेरा जो पहली अरदास इन्होंने मैंने सुनाई थी मैं बड़ी इंटरव्यूज़ के भी कह चुका कि असं इन्हों के कोठे के छत के साइड पर बैठे हुए थे मैंने इन्हें बुलाया मैं कह जी कैरियर जटा बड़ी कामयाब हुई थी तो कोई नव इदा का मैं निर्मल ऋषि जी अदब सत्कार जी मेरे वालों मैं क्या कोई इदा की नवी फिल्म होनी है चलो वधिया गल जा कर जो मैंने फिल्म सुना शुरू की तो मैं दंदल पैन वाली हो गई भी ये कि सबजैक्ट सुनाए जाते गिप्पी तो मैं तो दोवों सूट ही नहीं करता है अरदास जी साड़ी पहली आई सी और जिदा ये मैं सुना रहे थे मैं डर रहा कि सबजैक्ट भाजी क्यों मेरे ते एक्सपैरीमेंट करना चाहते गुरमुख सिंह वाला करैक्टर उदों तक फिल्म सुनने तक तो सारा कुछ ठीक सी पर जदों मैं ये पता लगा डायरैक्टर ही आप करना चाहते मेरा दिल करे इन्हों की रेलिंग को छाल मार दें थे कर दिता जाव ना की नहीं जानी हाँ जी तो हाँ कि मूँह ना करा की कह भाजी तुम डायरैक्ट करो वो भी यहो जी फिल्म है कॉमेडी होती तो अं रल मिल के चलो बना लेंगे कोई गल नहीं सी बट फिर मैं कहना बड़ी सोहनी गल छोटी जी प्रसाइज जी करा मैं एक तुम भी सुने होना नैट पर भी बड़ा चलता कहते वो गवालन से ना तो लाहौर की गल सुना गवालन से कोई तो दुध बेचती से लोग आन तो पैसे फड़ा तो मिण मिण के भग के ना दुध पाई जाए कहते बड़ा खूबसूरत जहा मुंडा आया उन्हें आके वो मुठ्ठी कुछ फड़ाया उन्होंने पैसे जो फड़ के बिना वेखे गले च रख ले तो पपका फड़िया जब तक वह डोल भर नहीं गया दुध पाई गई वो लागे खलोते से बाबा बुले शाह कहते उन्होंने को रहा नहीं गया कहते बीबा समझ नहीं आई भी लोग आते हैं पहले पैसे गिण दी है मिण के दुध पाने मुंडा आया तो उन्होंने पता नहीं की फड़ाया तो चुप करके रख लिया तो डोलो पूरा भरता कहें मेरा सज्जन से जिते सज्जन हो उत्थे गिणतियां मिनतियां नहीं होंगे मैं क्या बंदा एडा वा रिस्क ले रहा अपने सारे ने थोड़ा थोड़ा रिस्क लेना चलो फिर लेने पर हैड्स ऑफ टू गिप्पी गरेवाल मेरा अदब इस दोस्त लिए होर बढ़ गया इन्हें मेरे करियर की मैं जिंदगी की बेहतरीन फिल्म दी गिप्पी गरेवाल अरदास मेरी जिंदगी की प्राप्ति है मैं समझता सारे कलाकार की पर मेरे लिए ज्यादा सी क्योंकि मेरे लिए चैलेंज बहुत वड्डा सी कॉमेडी तो हट के दूसरे जॉनर के जाना फिर साडा सुपना सी कि असीं अरदास टू भी बनावांगे अरदास टू कितना दी बनेगी साडे लिए बड़ा वड्डा एक क्वेश्चन मार्क सीगा घट्टो घट्ट 5-6 सबजैक्ट इन्होंने विच विच आपां डिस्कस करते रहे आप ही सुन लईदे सी आप ही एक्साइटेड हो जीदा सी आप ही तेरे के दिन बटा दईदे सी भी नहीं ये नहीं कर पाने सो फाइनली ही रोट अ वंडरफुल सबजैक्ट ये सबजैक्ट कहानीकार नहीं लिख सकते ये कहानी नहीं है ये तजर्बा एक्सपीरियंस है
ਇਹ ਤੁਹਾਡੀ ਸੁਸਾਇਟੀ ਦੇ ਵਰਤਾਰੇ ਦੇ ਵਿੱਚੋਂ ਲਈਆਂ ਗਈਆਂ ਉਹ ਗੱਲਾਂ ਨੇ, ਜੇ ਤੁਸੀਂ ਆਪ ਮਹਿਸੂਸ ਨਹੀਂ ਕਰ ਸਕਦੇ ਇਹਨੂੰ ਤੁਸੀਂ ਪੈਨ ਡਾਊਨ ਨਹੀਂ ਕਰ ਸਕਦੇ, ਲਿਖ ਨਹੀਂ ਸਕਦੇ ਇਹਨੂੰ ਤੁਸੀਂ। ਸੋ ਬਹੁਤ ਕਮਾਲ ਦਾ ਇੱਕ ਸਬਜੈਕਟ ਜਦੋਂ ਤਿਆਰ ਹੋਇਆ ਅਰਦਾਸ ਕਰਾਂ ਦਾ, ਫਿਰ ਉਹਦੇ ਉੱਤੇ ਮੈਂ ਅੱਜ ਗੱਲ ਬੜੇ ਮਾਣ ਨਾਲ ਕਹਿਣਾ ਚਾਹੁੰਦਾ, ਸਾਡਾ ਦੋਸਤ ਸਾਡੇ 'ਚ ਅੱਜ ਇੱਥੇ ਮੌਜੂਦ ਨਹੀਂ ਕਿਉਂ ਕੈਨੇਡਾ ਬੈਠੇ ਨੇ, ਰਾਣਾ ਰਣਵੀਰ ਨਾਲ ਮੈਂ ਬਹੁਤ ਦੇਰ ਤੋਂ ਕੰਮ ਕਰਦਾ ਆ ਰਿਹਾ, ਅਰਦਾਸ ਵੀ ਕੀਤੀ, ਪਰ ਇਸ ਫਿਲਮ ਦੇ ਵਿੱਚ ਡਾਇਲੋਗ 'ਚ ਜੋ ਮੈਚਿਓਰਿਟੀ ਰਾਣਾ ਰਣਵੀਰ 'ਚ ਮੈਂ ਦੇਖੀ ਹੈ, ਮੈਂ ਅਦਬ ਨਾਲ ਉਸ ਬੰਦੇ ਅੱਗੇ ਵੀ ਸਿਰ ਝੁਕਾਉਂਦਾ, ਬਹੁਤ ਮੈਚਿਓਰਿਟੀ ਦੇ ਨਾਲ ਇਹਦੇ ਵਿੱਚ ਡਾਇਲੋਗ ਦੇਖੇ। ਪਰ ਆ ਕੇ ਅਰਦਾਸ ਤੋਂ ਬਾਅਦ ਅਸੀਂ ਨੈਕਸਟ ਲੈਵਲ ਟੱਚ ਕੀਤਾ, ਇਹਦੀ ਕੋਸ਼ਿਸ਼ ਕੀਤੀ, ਬਾਕੀ ਤਾਂ ਆਡੀਅੰਸ ਦੱਸਦੀ ਹੁੰਦੀ ਹੈ, ਕੋਸ਼ਿਸ਼ ਕੀਤੀ ਸੀ, ਪਰ ਅਸੀਂ ਆਪਣਾ ਕੰਮ ਕਰਕੇ ਪਿੱਛੇ ਹਟ ਜਾਈਦਾ। ਪੋਸਟ ਪ੍ਰੋਡਕਸ਼ਨ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਕਿਸੇ ਪੰਜਾਬੀ ਫਿਲਮ 'ਚ ਇਸ ਲੈਵਲ ਦੀ ਪੋਸਟ ਪ੍ਰੋਡਕਸ਼ਨ ਹੋਈ ਹੋ, ਕਿਉਂਕਿ ਇਹ ਇੱਕ ਸਟੂਡੀਓ 'ਚ ਨਹੀਂ, ਮੈਨੂੰ ਲੱਗਦਾ ਇਹਨਾਂ ਨੇ ਕਦੇ ਹੈਦਰਾਬਾਦ, ਕਦੇ ਬੈਂਗਲੌਰ, ਕਿਹੜੇ ਕਿਹੜੀਆਂ ਲੈਬਸ ਵਿੱਚ ਨਹੀਂ ਗਏ, ਕਿੱਥੇ ਕਿੱਥੇ ਜਾ ਕੇ ਗਿੱਪੀ ਹੋਣਾ ਨੇ, ਜਿੱਥੇ ਕਿਤੇ ਲੋੜ ਪਈ ਫਲਾਈਟ ਫੜ ਕੇ ਹੈਦਰਾਬਾਦ ਜਾ ਕੇ ਵੀ ਛੋਟੇ ਛੋਟੇ ਪੀਸਿਸ ਤਿਆਰ ਕਰਵਾਏ ਮਿਊਜ਼ਿਕ ਦੇ। ਔਰ ਸਾਰਾ ਕੁਝ ਬਣਨ ਤੋਂ ਬਾਅਦ ਜੇ ਬੈਕਗਰਾਊਂਡ ਮਾੜਾ ਹੋਵੇ ਤਾਂ ਫਿਲਮ ਉੱਥੇ ਖਤਮ ਹੋ ਜਾਂਦੀ ਹੈ। ਮੈਂ ਅਜੇ ਤੱਕ ਦੇਖੀ ਨਹੀਂ ਆਨੈਸਟਲੀ, ਪਰ ਗਿੱਪੀ ਗਰੇਵਾਲ ਹੋਣਾ ਨੂੰ ਮੈਂ ਜ਼ਿੰਦਗੀ 'ਚ ਕਦੇ ਐਡੇ ਦਾਅਵੇ ਨਾਲ, ਇਹਨਾਂ ਨਾਲ ਮੈਂ ਬੜੀਆਂ ਫਿਲਮਾਂ ਕੀਤੀਆਂ, ਇਹਨਾਂ ਨੇ ਆਪ ਵੀ ਕੀਤੀਆਂ ਨੇ ਕਈ ਫਿਲਮਾਂ ਜਿਨ੍ਹਾਂ 'ਚ ਮੈਂ ਨਹੀਂ ਵੀ ਸੀ, ਪਰ ਇੰਨੇ ਦਾਅਵੇ ਨਾਲ ਇਹਨਾਂ ਨੇ ਕਦੇ ਨਹੀਂ ਕਿਹਾ ਕਿ ਇਸ ਵਾਰ ਜੋ ਇਸ ਫਿਲਮ ਦਾ ਬੈਕਗਰਾਊਂਡ ਮਿਊਜ਼ਿਕ ਹੈ ਉਹ ਇੱਕ ਵਾਰ ਕੰਨਾਂ ਨੂੰ ਹੱਥ ਲਵਾ ਦੇਗਾ ਵੀ ਇਸ ਤੋਂ ਉੱਪਰ ਪੰਜਾਬੀ 'ਚ ਕਹਿਣ। ਜਤਿੰਦਰ ਸ਼ਾਹ ਜੀ, ਥੈਂਕ ਯੂ ਸੋ ਵੈਰੀ ਮੱਚ ਕਿ ਤੁਸੀਂ ਇਸ ਫਿਲਮ ਨੂੰ ਨੈਕਸਟ ਲੈਵਲ ਦਿੱਤਾ। ਹੁਣ ਅਰਦਾਸ ਕਰਨ ਦੀ ਗੱਲ ਕਰੀਏ, ਸਾਡੇ ਲਈ ਬਹੁਤ ਟਫ ਸੀਗਾ ਜਿਹੜੇ ਹਾਲਾਤਾਂ ਦੇ ਵਿੱਚ ਜਾ ਕੇ ਅਸੀਂ ਸ਼ੂਟਿੰਗ ਕੀਤੀ, ਕਿਉਂਕਿ ਅਸੀਂ ਕੱਲ੍ਹ ਵੀ ਇੰਟਰਵਿਊ ਕਿਤੇ ਦੇ ਰਹੇ ਸੀ, ਮੈਂ ਦੱਸਿਆ ਸੀ, ਮੈਂ ਕਿਹਾ ਜੀ ਫਿਲਮ ਅਸੀਂ ਫਰਿੱਜ 'ਚ ਸ਼ੂਟ ਕਰਕੇ ਅਤੇ ਪ੍ਰਮੋਸ਼ਨ ਭੱਠੀ 'ਚ ਕਰਦੇ ਪਏ, ਇੰਨਾ ਫਰਕ ਹੈ। ਉਹ ਮੌਸਮ ਦੇਖ ਲਓ ਕਿੱਥੇ ਅਸੀਂ -25 ਦੇ ਵਿੱਚ ਸ਼ੂਟਿੰਗ ਕਰਦੇ ਰਹੇ ਹਾਂ, ਅਤੇ ਕਿਤੇ ਹੁਣ 45 'ਚ ਅਸੀਂ ਇੱਥੇ ਭੱਜੇ ਫਿਰਦੇ ਹਾਂ ਜੀ, ਚਲੋ ਇੱਧਰ ਜਾਣਾ ਅਤੇ ਉੱਧਰ ਜਾਣਾ। ਸੋ ਇਹ ਇੱਕ ਤੁਹਾਡੇ ਲਈ ਹਰ ਫਿਲਮ ਇੰਨੀ ਰੂਹ ਦੇ ਕਰੀਬ ਨਹੀਂ ਹੁੰਦੀ ਜਿਹਦਾ ਦਿਲ ਕਰਦਾ ਹੁੰਦਾ ਕਿ ਇਹਦੀ ਇੰਨੀ ਕੁ ਪ੍ਰਮੋਸ਼ਨ ਕਰੀਏ ਕਿ ਦੁਨੀਆ ਦਾ ਕੋਈ ਬੰਦਾ ਇਹਨੂੰ ਦੇਖਣ ਤੋਂ ਰਹਿ ਨਾ ਜਾਵੇ। ਇਹ ਸਾਡੀ ਰੂਹ ਦੀ ਇੱਕ, ਮੈਂ ਸਮਝਦਾ ਕਿ ਐਸੀ ਸਕੂਨ ਵਾਲੀ ਗੱਲ ਹੈ, ਸਾਨੂੰ ਲੱਗਦਾ ਕਿ ਇਹ ਫਿਲਮ ਬਿਜ਼ਨਸ ਸੈਕੰਡਰੀ ਆਈਟਮ ਹੈ, ਕਿ ਦੁਨੀਆ ਦਾ ਹਰ ਸ਼ਖਸ ਇਸ ਫਿਲਮ ਨੂੰ ਦੇਖੇ ਜਿਹਨੂੰ ਵੀ ਪੰਜਾਬੀ ਸਮਝ ਆਉਂਦੀ ਹੈ ਜਾਂ ਜਿਹਨੂੰ ਫਿਲਮ ਦੀ ਸਮਝ ਹੈ, ਜ਼ਬਾਨ ਵੀ ਉੱਥੇ ਬਾਹਰ ਸਾਰੀ ਖਤਮ ਹੋ ਜਾਂਦੀ, ਲੈਂਗੁਏਜ ਬੈਰੀਅਰ ਖਤਮ ਹੋ ਜਾਂਦਾ ਜਿਹਨੂੰ ਫਿਲਮ ਦੀ ਸਮਝ ਹੈ। ਅਸੀਂ ਚਾਹੁੰਦੇ ਹਾਂ ਕਿ ਫਿਲਮ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਪੰਜਾਬੀ ਫਿਲਮ ਬਣੇ। ਔਰ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀ, ਮੈਂ ਕਿੰਨਾ ਕੁ ਐਪਰੀਸ਼ੀਏਟ ਕਰਾਂ ਭਾਜੀ ਸਰਦਾਰ ਸੋਹੀ ਸਾਹਿਬ, ਰਾਣਾ ਜੰਗ ਬਹਾਦਰ, ਇਹ ਥੋੜ੍ਹੇ ਸੀਨੀਅਰ ਆਰਟਿਸਟ ਨੇ, ਸਾਨੂੰ ਡਰ ਹੀ ਲੱਗਾ ਰਹਿੰਦਾ ਸੀ ਉੱਥੇ। ਤੁਸੀਂ ਆਪੇ ਅੰਦਾਜ਼ਾ ਲਾ ਲਿਆ ਵੀ ਮੈਨੂੰ ਕਾਹਦਾ ਡਰ ਲੱਗਾ ਸੀ, ਨਹੀਂ ਤੁਸੀਂ ਜ਼ਿਆਦਾ ਆਈਸੀਯੂ 'ਚ ਵੜ ਗਏ, ਆਈਸੀਯੂ ਦੀ ਗੱਲ ਨਹੀਂ ਜੀ, ਮੈਂ ਉਰੇ ਉਰੇ ਰਹਿਣਾ ਸੀ ਥੋੜ੍ਹਾ ਜਿਹਾ। ਨਹੀਂ ਹੁਣ ਤਾਂ ਫਿਰ ਸਮਝ ਆ ਰਹੀ, ਉਦੋਂ ਸਮਝ ਨਹੀਂ ਸੀ ਆਉਂਦੀ। ਭਾਜੀ ਦੇ ਕਈ ਡਾਇਲੋਗ ਤੇ ਇੱਦਾਂ ਦੇ ਹੁੰਦੇ ਸੀ, ਅਦੋਂ ਮੈਂ ਕਿਆ 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 ਮੈਂ ਕਿਹਾ ਭਾਜੀ ਸਮਝ ਨਹੀਂ ਆਈ, ਮੈਂ ਕਿਹਾ ਗਿੱਪੀ ਨੇ ਕਹਿਣਾ ਭਾਜੀ ਡਾਇਲੋਗ ਇਹ ਆ, ਹਾਂਜੀ ਮੈਂ ਤੈਨੂੰ ਕਿਹਾ ਭਾਈ ਹੈ, ਮੈਂ ਕਿਹਾ ਭਾਜੀ ਡਾਇਲੋਗ ਇਹ ਨਹੀਂ ਸੀ, ਡਾਇਲੋਗ ਹੋਰ ਸੀ, ਕਹਿੰਦੇ ਬੋਲਿਆ ਕਿਹੜੇ ਗੰਜਰ ਤੋਂ ਜਾਂਦਾ ਪਿਆ, ਕਹਿੰਦੇ ਖਲੋ ਜਾ ਕਹਿੰਦੇ ਡੱਬੀ 'ਚ ਸੈੱਟ ਕਰ ਲਾ ਕੇ ਜਾ ਕੇ ਉਹਨੂੰ ਮੂੰਹ ਹਿਲਾ ਲੈਂਦੇ ਤੈਨੂੰ। ਕਿਆ ਬਾਤ ਹੈ ਸੋਹੀ ਸਾਹਿਬ, ਪਰ ਜਿੱਥੇ ਸਾਨੂੰ ਲੱਗਦਾ ਸੀ ਕਿ ਇੱਥੇ ਅਸੀਂ ਗਿੱਪੀ ਅਤੇ ਮੈਂ ਕਈ ਵਾਰ ਸਲਾਹ ਕਰਦੇ ਸੀ ਵੀ ਸੋਹੀ ਸਾਹਿਬ ਨੂੰ ਕਿੱਦਾਂ ਕਹਾਂਗੇ ਵੀ ਇੱਥੇ ਪਹੁੰਚਦਾ ਅਸੀਂ ਗਏ ਹਾਂ -35 ਦੇ ਵਿੱਚ, ਅਤੇ ਸ਼ੂਟਿੰਗ ਤਾਂ ਬਾਹਰ ਨਿਕਲ ਕੇ ਕਰਨੀ ਗੱਡੀਆਂ 'ਚ ਨਹੀਂ ਕਰਨੀ, 20 ਮਿੰਟ ਇਹੀ ਸੋਚਣ 'ਤੇ ਲਾ ਰਹੇ ਤੇ ਇਹਨਾਂ ਨੂੰ ਸਿਆਣਿਆਂ ਨੂੰ ਕਹਿਣਾ ਕਿਵੇਂ ਵੀ ਬਾਹਰ ਵੀ ਆਉਣਾ, ਬਟ ਜਦੋਂ ਬਚਪਨ ਵਰਗੀ ਮੌਜ ਨਹੀਂ ਲੱਭਣੀ, ਅਸੀਂ -23 ਸੀ ਔਰ ਵਿੰਡ ਚਿਲ ਦੇ ਨਾਲ ਲੱਗਦਾ 30 ਤੋਂ ਉੱਪਰ ਉਸ ਵੇਲੇ ਮਾਈਨਸ ਸੀ ਜਿੱਥੇ ਅਸੀਂ ਇਹ ਗਾਣਾ ਸ਼ੂਟ ਕਰਨਾ ਸ਼ੁਰੂ ਕੀਤਾ ਸੀ। ਉਹਦੇ ਵਿੱਚ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਤੋਂ ਪਹਿਲਾਂ ਛਾਲਾਂ ਮਾਰ ਕੇ ਉੱਤੇ ਚੜੇ ਹੁੰਦੇ ਸੀ ਸੋਹੀ ਸਰ, ਇਹ ਕੋਈ ਬਚਪਨ ਦੀਆਂ ਛਾਲਾਂ ਬਸੀਆਂ ਸੀ ਜਿਹੜੀਆਂ ਹੁਣ ਮਾਰੀਆਂ ਤੁਸੀਂ। ਔਰ ਹਾਲਾਤ ਇਹ ਸੀ, ਮਲਕੀਤ ਰਾਣੀ ਭਾਅ ਜੀ ਇਹਨਾਂ ਦਾ ਸੀਨ ਸੀਗਾ ਉੱਥੇ, ਇਮੋਸ਼ਨਲ ਹੋਣਾ ਇਹਨਾਂ ਨੇ ਰੋਣਾ, ਉਹ ਬੰਦੇ ਨੂੰ ਰਵਾਉਣ 'ਤੇ ਸਾਨੂੰ 1.5 ਘੰਟਾ ਲੱਗ ਗਿਆ, ਜਦੋਂ ਰੋਂਦੇ ਸੀ ਇੱਥੋਂ ਅੱਥਰੂ ਬਾਹਰ ਆਉਂਦਾ ਸੀ ਇੱਥੇ ਅੱਗੇ ਜੰਮ ਜਾਂਦਾ ਸੀ, ਫਿਰ ਅੱਥਰੂ ਤੋੜਨਾ ਪੈਂਦਾ ਸੀ, ਮੇਕਅਪ ਵਾਲਾ ਤਾਂ ਅੱਥਰੂ ਤੋੜਦਾ ਸੀ, ਮੈਂ ਕਿਹਾ ਉਹਨੇ ਦੇ ਅੱਥਰੂ ਤੁਸੀਂ ਕੇਰੇ ਵੀ ਜਿੰਨੇ ਤੋੜੇ ਨੇ ਅਸਾਂ, ਹੁਣ ਬੰਦਾ ਅੱਥਰੂਆਂ ਨੂੰ ਕਿਵੇਂ ਹੀਟ ਦੇਵੇ, ਮੈਂ ਹੁਣ ਵਿੱਚੋਂ ਜਾਂ ਮੈਂ ਤਾਰਾਂ ਪਈਆਂ ਗੱਲਾਂ ਦੇ ਵਿੱਚੋਂ ਦੇਖੋ ਇੱਥੇ ਕਿਤੇ ਹੀਟ ਬਣ ਗਈ ਰਹੇ। ਸੋ ਇੱਕ ਇੱਕ ਚੀਜ਼ ਨੇ ਸਾਨੂੰ ਉਦੋਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਸ਼ਾਰਟ ਸੀ ਜਦੋਂ ਅਸੀਂ ਪਿਕਨਿਕ ਸਪੋਟ 'ਤੇ ਬੈਠੇ ਹਾਂ, ਉਹਦੇ 'ਚ ਪਾਣੀ ਦੀਆਂ ਬੋਤਲਾਂ ਅੱਗੇ ਪਈਆਂ ਸਾਡੇ,
ਉਹ ਅਸੀਂ ਹੀਟਰ ਦੇ ਅੱਗੇ ਰੱਖੀਆਂ ਸੀ, ਸਿਰਫ ਜਦੋਂ ਕੈਮਰਾ ਆਨ ਹੁੰਦਾ ਸੀ ਉਦੋਂ ਮੁੰਡੇ ਭੱਜ ਕੇ ਰੱਖਦੇ ਸੀ। ਸਾਡਾ ਮੈਨੂੰ ਲੱਗਦਾ 10 ਸੈਕਿੰਡ ਦਾ ਸ਼ੋਟ ਨਹੀਂ ਸੀ ਪੂਰਾ ਹੋਣ ਦਿੰਦੀਆਂ ਬੋਤਲਾਂ, ਜਿੱਦਾਂ ਹੀ ਰੱਖੀ ਦੀਆਂ ਸੀ 5-4 ਸੈਕਿੰਡ ਦੇ ਵਿੱਚ ਹੀ ਉਹ ਜੰਮ ਜਾਂਦੀਆਂ, ਬੋਤਲਾਂ ਐਂ ਡਿੱਗ ਪੈਂਦੀਆਂ ਸੀ, ਸ਼ੋਟ ਦੁਬਾਰਾ ਕਰਨਾ ਪੈਂਦਾ ਸੀ। ਅਸੀਂ ਇਹਨਾਂ ਹਾਲਾਤਾਂ 'ਚ ਕਿਤੇ ਕੰਮ ਨਹੀਂ ਕੀਤਾ, ਅਸੀਂ ਯੂਜ਼ ਟੂ ਨਹੀਂ ਹੈਗੇ। ਮੈਨੂੰ ਤਾਂ ਉੱਧਰ ਪਤਾ ਲੱਗਾ ਬਰਫ਼ ਵਾਲੇ ਭਾਲੂਆਂ ਦਾ ਕੰਮ ਕਿੰਨਾ ਔਖਾ। ਸੋ ਅਸੀਂ ਯੂਜ਼ ਟੂ ਨਹੀਂ ਇਸ ਵੈਦਰ ਦੇ, ਕਦੇ ਗਏ ਨਹੀਂ। ਬਟ ਅਸੀਂ ਵਿੱਚੋਂ ਵਿੱਚੋਂ, ਭਾਅ ਜੀ ਪਹਿਲੀ ਵਾਰੀ ਦੱਸਣ ਲੱਗਾ ਗਿੱਪੀ ਜੀ, ਪਲੀਜ਼ ਡੋਂਟ ਮਾਇੰਡ, ਪਹਿਲਾਂ 5-7 ਦਿਨ ਗਾਲਾਂ ਵੀ ਬਹੁਤ ਕੱਢੀਆਂ ਤੁਹਾਨੂੰ, ਇਹ ਪੰਗਾ ਇੱਥੇ ਲੈਣ ਦੀ ਕੀ ਲੋੜ ਸੀ। ਪਰ ਜਿੱਦਾਂ ਜਿੱਦਾਂ ਅਸੀਂ ਸ਼ਾਰਟਸ ਦੇਖਦੇ ਗਏ, ਮੋਨੀਟਰ ਨੂੰ ਅਸੀਂ ਦੇਖਦੇ ਗਏ, ਜਿੱਦਾਂ ਜਿੱਦਾਂ ਅਸੀਂ ਗ੍ਰੇਂਜਰ ਦੇਖਦੇ ਗਏ, ਜਿੱਦਾਂ ਜਿੱਦਾਂ ਅਸੀਂ ਉਹ ਕੈਨਵਸ ਦੇਖਦੇ ਗਏ ਕਿ ਫਿਲਮ ਕਿਸ ਲੈਵਲ ਦੀ ਬਣ ਰਹੀ ਹੈ, ਉੱਥੇ ਤਾਂ ਫਿਰ ਦਿਲੋਂ ਇਹ ਅਸੀਂ ਰਾਣਾ ਜੀ ਸੋਹੀ ਸਾਹਿਬ ਅਸੀਂ ਗੱਲ ਕਰ ਰਹੇ ਸੀ, ਇਹੋ ਜਿਹਾ ਕੰਮ ਕਰਦੇ ਕਰਦੇ ਤਾਂ ਕੋਈ ਅੱਧਾ ਸ਼ਹੀਦ ਵੀ ਹੋ ਜਾਏ ਤਾਂ ਕੋਈ ਗੱਲ ਨਹੀਂ, ਕਿਉਂਕਿ ਇਹ ਕੰਮ ਬਹੁਤ ਰੇਅਰ ਇੱਦਾਂ ਦੇ ਕੰਮ ਨਹੀਂ। ਰੋਹਿਤ ਸੋਹੀ ਸਾਹਿਬ ਤੁਸੀਂ ਉਸ ਤੋਂ ਬਾਅਦ ਜਵਾਨ ਹੋ ਕੇ ਆਏ ਹੋ ਵਾਪਸ, ਅਤੇ ਮੈਂ ਬੇਨਤੀ ਕਰਾਂਗਾ ਕਿ ਇਹ ਅਰਦਾਸ ਫਿਲਮ ਦੇ ਵਿੱਚ ਸਿਰਫ ਪੈਸਾ ਨਹੀਂ ਲੱਗਦਾ, ਪੈਸਾ ਹਰ ਫਿਲਮ 'ਤੇ ਲੱਗਦਾ ਜਿਹੜੀ ਸ਼ਾਇਦ ਕਈ ਵਾਰੀ ਲੋਕਾਂ ਨੂੰ ਪਸੰਦ ਆਉਂਦੀ, ਕਈ ਵਾਰੀ ਲੋਕ ਕਹਿੰਦੇ ਵੀ ਕਿਉਂ ਬਣਾਈ ਗਈ, ਪੈਸਾ ਸੈਕੰਡਰੀ ਆਈਟਮ ਇਨੀ ਇਹਦੇ ਵਿੱਚ ਬਹੁਤ ਪਿੱਛੇ ਰਹਿ ਜਾਂਦਾ। ਇਹਦੇ 'ਚ ਹਰ ਕਲਾਕਾਰ ਦੀ, ਰਾਈਟਰ ਤੋਂ ਲੈ ਕੇ ਐਡੀਟਰ ਤੋਂ ਲੈ ਕੇ ਮਿਊਜ਼ਿਕ ਡਾਇਰੈਕਟਰ ਤੋਂ ਲੈ ਕੇ ਸਿੰਗਰਸ ਤੋਂ ਲੈ ਕੇ ਹਰ ਪਰਫਾਰਮਰ ਦੀ ਇਹਦੇ ਵਿੱਚ ਰੂਹ ਲੱਗੀ ਹੈ, ਔਰ ਸਾਰਿਆਂ ਨੇ ਸੋਚਿਆ ਕਿ ਇਹ ਅਸੀਂ ਇੱਕ ਨਾਯਾਬ ਤੋਹਫ਼ਾ ਪੰਜਾਬੀ ਇੰਡਸਟਰੀ ਨੂੰ ਦੇਣਾ। ਸੋ ਮੈਂ ਰਿਕੁਐਸਟ ਕਰਾਂਗਾ ਕਿ ਅਸੀਂ ਆਪਣੇ ਆਪਣੇ ਲੈਵਲ 'ਤੇ ਜਿੱਥੇ ਇਸ ਫਿਲਮ ਨੂੰ ਸਾਰੇ ਪ੍ਰਮੋਟ ਕਰ ਰਹੇ, ਪਿਆਰ ਦੇ ਰਹੇ, ਇਸ ਫਿਲਮ ਨੂੰ ਆਪਣੀ ਇੱਕ ਪੰਜਾਬੀਅਤ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਨੈਤਿਕ ਜ਼ਿੰਮੇਵਾਰੀ ਸਮਝ ਕੇ ਇਸ ਫਿਲਮ ਨੂੰ ਜਿਸ ਲੈਵਲ 'ਤੇ ਅਸੀਂ ਪ੍ਰਮੋਟ ਕਰ ਸਕਦੇ ਹਾਂ ਜ਼ਰੂਰ ਕਰੀਏ, ਵਰਨਾ ਫਿਲਮਾਂ 'ਤੇ ਇਸ ਤੋਂ ਬਾਅਦ ਫਿਰ ਸਾਡੀਆਂ ਲਾਈਨਡ ਅਪ ਨੇ, ਉਹ ਵੀ ਆਉਣੀਆਂ ਸਾਰੀਆਂ। ਪਰ ਇਹ ਇੱਕ ਡਿਫਰੈਂਟ ਤਰ੍ਹਾਂ ਦੀ ਮੂਵੀ ਹੈ, ਇਹਨੂੰ ਆਪਾਂ ਜ਼ਰੂਰ ਵਧੀਆ ਤਰੀਕੇ ਨਾਲ ਪ੍ਰਮੋਟ ਕਰੀਏ। ਔਰ ਮੈਂ ਸਾਗਾ ਤੋਂ ਸਾਡੇ ਸਾਹਮਣੇ ਰਮਨ ਚੰਦਾ ਸਾਹਿਬ ਬੈਠੇ ਨੇ ਜੀ, ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬੀ ਇੰਡਸਟਰੀ ਦੇ ਨਾਲ ਹਮੇਸ਼ਾ ਇਹਨਾਂ ਨੇ ਅਤੇ ਇਹਨਾਂ ਦੇ ਬੱਚਿਆਂ ਨੇ, ਇਹਨਾਂ ਦੇ ਜਿਹੜੇ ਪੁੱਤਰ ਨੇ ਉਹ ਸਾਰੇ ਇਹਨਾਂ ਦੇ ਮਗਰ ਐਨ ਹਾਜ਼ਰ ਰਹਿੰਦੇ ਨੇ, ਆਲਵੇਜ਼ ਤਿਆਰ ਪਰ ਤਿਆਰ ਕਿ ਜੋ ਆਦੇਸ਼ ਹੁੰਦਾ। ਔਰ ਪੰਜਾਬੀ ਇੰਡਸਟਰੀ ਨੂੰ ਇਸ ਵੇਲੇ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਥੈਂਕ ਯੂ ਸੋ ਵੈਰੀ ਮੱਚ ਭਾਅ ਜੀ ਸੁਮਿਤ ਜੀ ਔਰ ਮਨਜਿੰਦਰ ਸਾਹਿਬ। ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਰਦਾਸ ਫਿਲਮ ਨੂੰ ਆਪਣੇ ਲੈਵਲ 'ਤੇ ਜਿਵੇਂ ਜਿਵੇਂ ਅਸੀਂ ਪ੍ਰਮੋਟ ਕਰ ਸਕਦੇ ਹਾਂ ਜ਼ਰੂਰ ਕਰੀਏ। ਔਰ 19 ਜੁਲਾਈ ਤੋਂ ਬਾਅਦ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਕਿ ਇਸ ਫਿਲਮ ਦੇ ਅਸੀਂ ਮਿਊਜ਼ਿਕ ਰਿਲੀਜ਼ ਤੋਂ ਲੈ ਕੇ ਅੱਜ ਤੱਕ ਇਸ ਫਿਲਮ ਦੇ ਨਾਲ ਜੁੜੇ ਹੋਏ, ਇੱਕ ਬਹੁਤ ਵੱਡੀ ਤੁਹਾਡੇ ਵਾਸਤੇ ਆਪਣੇ ਆਪ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਪ੍ਰਾਪਤੀ ਹੈ। ਸੋ ਮੈਂ ਇੱਕ ਵਾਰੀ ਫਿਰ ਗਿੱਪੀ ਗਰੇਵਾਲ ਉਹਨਾਂ ਦਾ, ਹੰਬਲ ਮੋਸ਼ਨ ਪਿਕਚਰਸ ਦਾ, ਮੈਂ ਸਾਡੇ ਸਾਗਾ ਮਿਊਜ਼ਿਕ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਮੈਂ ਸੀਨੀਅਰ ਸਾਡੇ, ਮੈਂ ਸਾਰਿਆਂ ਦਾ ਨਾਮ ਲਵਾਂਗਾ ਤਾਂ ਫਿਰ ਉਹ ਗੱਲ ਲੜਾਈ ਬੱਲੇ ਬੱਲੇ ਨਹੀਂ ਸੱਸਦੇ, 17 ਕੁੜੀਆਂ ਅਤੇ ਮੱਥਾ ਟੇਕਦੀ ਨੂੰ ਵੱਜ ਕੇ 12 ਇੱਥੇ ਨਾ 12 ਵਜਾ ਲਵਾਂ ਮੈਂ। ਸੋ ਮੈਂ ਭਾਅ ਜੀ ਯੋਗਰਾਜ ਉਹਨਾਂ ਦੀ ਔਰ ਨਿਰਮਲ ਰਿਸ਼ੀ ਜੀ ਦੀ ਪ੍ਰੈਜੈਂਸ ਨੂੰ ਬਲੈਸਿੰਗ ਸਮਝ ਕੇ ਮੈਂ ਚਾਹਾਂਗਾ ਕਿ ਆਪਾਂ ਹੁਣ ਚੈਪਟਰ 2 ਜਿਹੜਾ ਉਹ ਵੀ ਦੇਖੀਏ, ਮੈਂ ਸਾਹਮਣੇ ਜਾ ਕੇ ਦੇਖਦਾ। ਆ ਜਾਓ ਭਾਅ ਜੀ, ਭਾਅ ਜੀ ਮੈਂ ਥੱਲੇ ਜਾਵਾਂਗਾ ਫੇਰ ਚਲਾਇਆ। ਥੈਂਕ ਯੂ ਸੋ ਵੈਰੀ ਮੱਚ ਤੁਹਾਡਾ ਸਾਰਿਆਂ ਦਾ ਆਉਣ ਲਈ, ਅਰਦਾਸ ਨੂੰ ਆਪਣੀ ਸਪੋਰਟ ਦੇਣ ਲਈ, ਆਪਣੇ ਬਲੈਸਿੰਗਸ ਦੇਣ ਲਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਹੁਣ ਆਪਾਂ ਦੇਖਦੇ ਹਾਂ ਅਰਦਾਸ ਦਾ ਚੈਪਟਰ 2। ਜੇ ਕੁਛ ਜ਼ਿਆਦਾ ਕਹੂੰਗਾ ਤਾਂ ਮੈਂ ਤਾਂ ਹੁਣ ਆਪ ਬਣਾਈ ਆ, ਮੈਂ ਆਪ ਡਾਇਰੈਕਟਰ ਹਾਂ, ਵਿੱਚ ਲਿਖੀ ਵੀ ਹੈ, ਸੋ ਆਪਣੇ ਮੂੰਹੋਂ ਤਰੀਕ ਕਰਨ ਵਾਲੀ ਗੱਲ ਹੋ ਜਾਂਦੀ ਆ। ਪਹਿਲੀ ਫਿਲਮ ਜਦੋਂ ਬਣਾਈ ਸੀ ਮੈਨੂੰ ਬਹੁਤ ਡਰਾਇਆ ਸੀਗਾ, ਮੈਨੂੰ ਯਾਦ ਆ ਸਾਡੇ ਕਈ ਖਾਸ ਮਿੱਤਰ ਅੱਜ ਮਿਸਿੰਗ ਨੇ, ਸਮੀਪ ਕੰਗ ਜੀ ਪਹੁੰਚ ਨਹੀਂ ਸਕੇ ਹੈਗੇ। ਸਭ ਤੋਂ ਪਹਿਲਾਂ ਉਹਨਾਂ ਨੂੰ ਦਿਖਾਈ ਸੀਗੀ ਫਿਲਮ, ਦੇਖ ਕੇ ਅੱਖਾਂ ਉੱਖਾਂ ਪੂੰਝ ਕੇ ਰੋ ਕੇ ਮੈਨੂੰ ਕਹਿੰਦਾ ਫਿਲਮ ਤਾਂ ਬਹੁਤ ਵਧੀਆ ਪਰ ਚੱਲਣੀ ਨਹੀਂ ਹੈਗੀ। ਇਹ ਕੀ ਗੱਲ ਹੋ ਗਈ? ਕਹਿੰਦਾ ਨਹੀਂ, ਇਹ ਜਿਹੀਆਂ ਫਿਲਮਾਂ ਕਿੱਥੇ ਚੱਲਦੀਆਂ ਨੇ ਭਾਅ ਜੀ, ਕਹਿੰਦਾ ਲੋਕ ਫੇਸਬੁੱਕ 'ਤੇ ਲਿਖ ਦਿੰਦੇ ਆ ਉਹ ਵਧੀਆ ਸੀਗੀ ਅਤੇ ਚੱਲਦੀਆਂ ਨਹੀਂ ਆ। ਮੈਂ ਕਿਹਾ ਯਾਰ, ਮੇਰੇ ਬੜਾ ਦਿਲ ਜਿਹਾ ਟੁੱਟਿਆ। ਥੋੜ੍ਹੇ ਕੁ ਟਾਈਮ ਬਾਅਦ, 15-20 ਮਿੰਟ ਬਾਅਦ, ਪਤਾ ਨਹੀਂ ਉਹਦੇ ਕੀ ਦਿਮਾਗ 'ਚ ਆਇਆ, ਪਤਾ ਨਹੀਂ ਮੈਨੂੰ ਹੌਸਲਾ ਦੇਣ ਲੱਗਿਆ, ਕਹਿੰਦਾ ਯਾਰ ਭਾਅ ਜੀ ਚੱਲ ਵੀ ਸਕਦੀ ਹੈ। ਮੈਂ ਕਿਹਾ ਯਾਰ ਇਹ ਕੀ ਗੱਲ ਭਾਅ ਜੀ, ਜਾਂ ਕੋ ਨਹੀਂ ਚੱਲ ਸਕਦੀ, ਜਾਂ ਕੇ ਚੱਲ ਸਕਦੀ? ਕਹਿੰਦਾ ਨਹੀਂ, ਹੁਣ ਮੈਨੂੰ ਲੱਗਣ ਲੱਗ ਗਿਆ ਵੀ ਚੱਲ ਸਕਦੀ ਆ। ਕਹਿੰਦੇ ਮੈਨੂੰ ਕਾਮੇਡੀ ਫਿਲਮਾਂ ਵਧੀਆ ਲੱਗਦੀਆਂ ਨੇ, ਪਰ ਮੈਨੂੰ ਫਿਲਮ ਬਹੁਤ ਵਧੀਆ ਲੱਗੀ, ਉੱਦਾਂ ਮੈਨੂੰ ਇੱਦਾਂ ਦੀਆਂ ਫਿਲਮਾਂ ਵਧੀਆ ਨਹੀਂ ਲੱਗਦੀਆਂ। ਅਤੇ ਮੈਂ ਕਿਹਾ ਚਲੋ ਠੀਕ ਆ। ਪਰ ਬਾਬੇ ਨੇ ਸਾਡੀ ਐਸੀ ਸੁਣੀ, ਸਾਡੀ ਅਰਦਾਸ ਕਬੂਲ ਕੀਤੀ। ਸੋ ਹੁਣ ਪਾਰਟ 2 ਬਣਾਇਆ ਜੀ, ਅਰਦਾਸ ਕਰਾਂ। ਸੋ ਕੋਸ਼ਿਸ਼ ਕੀਤੀ ਹੈ, ਬੜੀਆਂ ਰੀਝਾਂ ਸੀ ਮਨ ਦੇ ਵਿੱਚ ਇਸ ਫਿਲਮ ਦੇ ਲਈ। ਸਾਰਿਆਂ ਦਾ ਬਹੁਤ ਬਹੁਤ, ਸਟਾਰ ਕਾਸਟ ਦਾ ਪਹਿਲਾਂ ਤਾਂ ਘੁੱਗੀ ਭਾਅ ਜੀ ਦਾ ਬਹੁਤ ਬਹੁਤ ਥੈਂਕਸ ਹੈ ਜੀ। ਹਮੇਸ਼ਾ ਹੀ ਜੋ ਮੈਂ ਕਿਹਾ, ਕਿਉਂਕਿ ਪਹਿਲੀ ਫਿਲਮ ਬੜੇ ਬੜਾ ਔਖਾ ਸੀਗਾ, ਮੈਂ ਜਿਵੇਂ ਦਾ ਇਹਨਾਂ ਨੂੰ ਰੋਲ ਸੜਾਇਆ ਮੇਰੇ ਕਰਕੇ, ਜਿੱਦਾਂ ਇਹਨਾਂ ਨੇ ਪਹਿਲਾਂ ਦੱਸਿਆ ਵੀ ਔਖੇ ਸੌਖੇ, ਇਹਨਾਂ ਨੇ ਕਿਹਾ ਵੀ ਇਹਦੇ ਕਰਕੇ ਕਰ ਲੈਂਦੇ ਹਾਂ ਚੱਲਣੀ ਜੁਲਣੀ, ਤਾਂ ਇਹਨਾਂ ਨੇ ਵੀ ਹਿਸਾਬ ਲਾਇਆ ਸੀ ਵੀ ਹੈ ਨਹੀਂ ਕਿ ਇਹ। ਅਤੇ ਪਰ ਥੈਂਕ ਯੂ ਸੋ ਮੱਚ, ਬਹੁਤ ਸਪੋਰਟ ਕੀਤੀ ਆ। ਔਰ ਇਸ ਵਾਰ
जिन्हें भी आर्टिस्टा ने फिल्म दे विच पार्ट किया क्योंकि बहुत टीम है साड़ी खास करके योगराज भाजी नाल पहली बारी काम किया और पहली बारी वो मैं डायरेक्ट किया सो बड़ा वधिया लग्या जी मैं मैनू याद आ कि जिनी देर मैं योगराज जी नाल काम नहीं सी किया मैं बड़े लोगों ने कहा कहते यार उन्होंने काम करना बड़ा औखा उन्होंने काम करना इदा औखा उन्होंने तो काम नहीं कर सकता मैं यार क्या मैं क्या यार जो रोल मैं लिखा ना मैं क्या मैनू कोई दिखता ही नहीं मैनू मेरा शॉट तुसी एक देखते हो निशाद साहब के अगे मत्था टेक रहे योग भाजी मैं इदा लगता सी कि यार जे मैं इन्हों शूट नहीं करूँगा तो शॉट कटने पै जाएंगे क्योंकि एक डायरेक्टर का अपना थॉट हों अपना विजन हों सो मैं जेनुअनली तुम्हें कहना भी जिम्मे अपनी लाइफ के सब तो कंफर्टेबल काम किया भाजी ने किया सो थैंक यू सो मच भाजी और इन्ना अच्छा लगे सो ऋषि मैम आए ने जी आया जी और सारे का थैंक यू सो मच इतने आने के लिए अज बेसिकली कट्ठे होने के परपज दो तीन सी एक तो मैं लगता कि इंडस्ट्री कट्ठी बहुत घट हूँ इदा के ईवेंट नहीं होंगे दुख सुख हो जाएंगे कई चुगलिया हो जाएगियाँ सो उहदे लई मैं ईवेंट असी प्लैन किया और काफ़ी इदा दिया चीज़ा जड़िया फिल्म दिया मैं मेरी कोशिश सी कि पहला मीडिया नूं दिखाईया जाण क्योंकि ये फिल्म उदा दी फिल्म है कि जिन्हों असी कमर्शियली शायद उस तरीके नाल प्रमोट नहीं कर सकते हैगे तुहाडी एफर्ट दी लोड़ है इस फिल्म नूं जे तुसी एफर्ट करोगे तो शायद इहनूं होर एक्सट्रा पुश मिलेगा और अज म्यूजिक लॉन्च है तो म्यूजिक लॉन्च का मतलब ये सारा जिहड़ा तामझाम किया गया म्यूजिक दे लोकां लई किया गया सो एक बार जोरदार ताड़ियां पहले तो जितेंद्र शाह जी दे लई असी बड़े टाइम तो कट्ठे हाँ मैं ते जितेंद्र शाह जी स्कूल टाइम तो कट्ठे हाँ पहला गाना इन्होंने मेरा ही किया सीगा मैं ही वो लक्की बंदा सी जिन्हें शाह जी नूं लिआंदा ते पर शाह जी ने पहले ही गाने प्रूव किया मैं याद है कि मैं उदा का गाना नहीं गाया चन्ना वे किहड़े बदलां च हो गया सुपना ही हो गया सो जिन्हें मेरा दिल लुटिया च गाना सीगा वो और इन्ना अच्छा गाना वो बनाया शाह जी ने तो इस फिल्म लई मैं खास करके तुहानू दसूंगा भी जिदा पहला घुग्गी भाजी नूं मैं कई बार ये गल कही भी बैकग्राउंड सुनियो भाजी आह चीज़ सुनियो एक एक पीस के उत्ते एक एक नोट के उत्ते डिस्कशन की शाह जी ने अद्धी अद्धी रात को मेरे नाल तीन तीन घंटे सो सारा क्रैडिट फिल्म का बैकड्रॉप का जिन्ना क्रैडिट है ऑल गोज टू सिर्फ एक ही बंदा दैट इज जितेंद्र शाह मैं थोड़ा जहा ज़्यादा अटैच हाँ शाह जी नाल मैं इमोशनल हो जाता उन्होंने कहीं मेरी बहुत ज़्यादा पर मेरी लाइफ की बेस्ट फिल्म होगी जी दी म्यूजिकली जो बैकग्राउंड तो मैं चाहता सी एज अ डायरेक्टर वो होया पिछली अरदास भी अच्छी सी पर मैं उन्ना सैटिस्फाइड नहीं मैं लगता से असी बैटर कर सकते हैं